ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਕਲਰਕ, ਵਿਜੀਲੈਂਸ ਦੀ ਟੀਮ ਨੇ ਪੈਸਿਆਂ ਦੇ ਨਾਲ ਕੀਤਾ ਕਾਬੂ। ਤਾਂ ਦੱਸ ਦਈਏ ਕਿ ਇੱਕ ਕਲਰਕ ਜੋ ਕਿ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਗਿਆ ਤਾਂ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸ ਦੇ ਖਿਲਾਫ ਇੱਕ ਸ਼ਖਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਉਸਦੇ ਵੱਲੋਂ ਬਿਜਲੀ ਦੇ ਮੀਟਰ ਦੀ NOC ਦੇ ਬਦਲੇ ਉਸ ਤੋਂ 33,000 ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਜਾਲ ਵਿਛਾਇਆ ਗਿਆ ਅਤੇ 10,000 ਰੁਪਇਆ ਦੇ ਕੇ ਇਸ ਕਲਰਕ ਦੇ ਕੋਲ ਜਾਣ ਨੂੰ ਕਿਹਾ ਗਿਆ। ਤਾਂ ਜਿਵੇਂ ਹੀ ਇਹ ਸ਼ਖਸ ਕਲਰਕ ਦੇ ਕੋਲ ਜਾਂਦਾ ਹੈ ਤਾਂ ਇਸਦੇ ਵੱਲੋਂ 10,000 ਰੁਪਏ ਦਿੱਤੇ ਜਾਂਦੇ ਨੇ, ਤਾਂ ਕਲਰਕ ਮੌਕੇ ਤੋਂ ਉਹ 10,000 ਰੁਪਏ ਲੈ ਲੈਂਦਾ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤਾਂ ਫਿਰ ਇਸ ਕਲਰਕ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਕਲਰਕ ਨੂੰ ਵਿਜੀਲੈਂਸ ਦੀ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ। ਤਾਂ ਬਿਜਲੀ ਦੇ ਮੀਟਰ ਦੀ NOC ਦੇ ਬਦਲੇ ਇਸਦੇ ਵੱਲੋਂ ਇੱਕ ਸ਼ਖਸ ਤੋਂ 33,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਤਾਂ ਉਸਦੇ ਵਿੱਚੋਂ 10,000 ਰੁਪਏ ਦੀ ਰਿਸ਼ਵਤ ਲੈਂਦਾ ਇਹ ਮੌਕੇ ਤੋਂ ਕਾਬੂ ਹੋ ਗਿਆ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਇਸ ਨੂੰ ਆਪਣੇ ਨਾਲ ਲੈ ਗਈ ਹੈ। SSP ਸਾਹਿਬ ਸਰਦਾਰ ਬਸੇਵ ਸਿੰਘ ਨੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਨਰਿੰਦਰਪਾਲ ਉਸ ਵਿੱਕੀ ਨੂੰ 10,000 ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ, ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ NOC ਜਾਰੀ ਕਰਨ ਦੇ ਇਹਦੇ ਦੇ ਵਿੱਚ ਪੈਸੇ ਮੰਗੇ ਸੀਗੇ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10,000 ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ, ਕੇਸ ਜਿਹੜਾ ਉਹ ਰਜਿਸਟਰ ਕਰ ਦਿੱਤਾ ਗਿਆ। ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਕਲਰਕ, ਵਿਜੀਲੈਂਸ ਦੀ ਟੀਮ ਨੇ ਪੈਸਿਆਂ ਦੇ ਨਾਲ ਕੀਤਾ ਕਾਬੂ। ਤਾਂ ਦੱਸ ਦਈਏ ਕਿ ਇੱਕ ਕਲਰਕ ਜੋ ਕਿ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਗਿਆ ਤਾਂ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਇਸ ਦੇ ਖਿਲਾਫ ਇੱਕ ਸ਼ਖਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਕਿ ਉਸਦੇ ਵੱਲੋਂ ਬਿਜਲੀ ਦੇ ਮੀਟਰ ਦੀ NOC ਦੇ ਬਦਲੇ ਉਸ ਤੋਂ 33,000 ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਜਾਲ ਵਿਛਾਇਆ ਗਿਆ ਅਤੇ 10,000 ਰੁਪਇਆ ਦੇ ਕੇ ਇਸ ਕਲਰਕ ਦੇ ਕੋਲ ਜਾਣ ਨੂੰ ਕਿਹਾ ਗਿਆ। ਤਾਂ ਜਿਵੇਂ ਹੀ ਇਹ ਸ਼ਖਸ ਕਲਰਕ ਦੇ ਕੋਲ ਜਾਂਦਾ ਹੈ ਤਾਂ ਇਸਦੇ ਵੱਲੋਂ 10,000 ਰੁਪਏ ਦਿੱਤੇ ਜਾਂਦੇ ਨੇ, ਤਾਂ ਕਲਰਕ ਮੌਕੇ ਤੋਂ ਉਹ 10,000 ਰੁਪਏ ਲੈ ਲੈਂਦਾ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਤਾਂ ਫਿਰ ਇਸ ਕਲਰਕ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਜਾਂਦਾ। ਤਾਂ ਦੱਸ ਦਈਏ ਕਿ ਤਸਵੀਰਾਂ ਤਰਨ ਤਾਰਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਸ ਕਲਰਕ ਨੂੰ ਵਿਜੀਲੈਂਸ ਦੀ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ। ਤਾਂ ਬਿਜਲੀ ਦੇ ਮੀਟਰ ਦੀ NOC ਦੇ ਬਦਲੇ ਇਸਦੇ ਵੱਲੋਂ ਇੱਕ ਸ਼ਖਸ ਤੋਂ 33,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ, ਤਾਂ ਉਸਦੇ ਵਿੱਚੋਂ 10,000 ਰੁਪਏ ਦੀ ਰਿਸ਼ਵਤ ਲੈਂਦਾ ਇਹ ਮੌਕੇ ਤੋਂ ਕਾਬੂ ਹੋ ਗਿਆ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਇਸ ਨੂੰ ਆਪਣੇ ਨਾਲ ਲੈ ਗਈ ਹੈ। SSP ਸਾਹਿਬ ਸਰਦਾਰ ਬਸੇਵ ਸਿੰਘ ਨੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਸੀਂ ਨਰਿੰਦਰਪਾਲ ਉਸ ਵਿੱਕੀ ਨੂੰ 10,000 ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ, ਜਿਸ ਦੇ ਵਿੱਚ ਸੁਖਦੇਵ ਸਿੰਘ ਪਾਸੋਂ ਉਹਨਾਂ ਨੇ ਜਿਹੜੀ ਆ NOC ਜਾਰੀ ਕਰਨ ਦੇ ਇਹਦੇ ਦੇ ਵਿੱਚ ਪੈਸੇ ਮੰਗੇ ਸੀਗੇ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ 10,000 ਰੁਪਏ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ, ਕੇਸ ਜਿਹੜਾ ਉਹ ਰਜਿਸਟਰ ਕਰ ਦਿੱਤਾ ਗਿਆ।